ਦੋ ਕੇਸ ਜਿਹੜੇ ਸੀ ਬੱਚਿਆਂ ਦੇ ਉਹ ਬਾਹਰ ਹੀ ਜਿਹੜੇ ਫਰਸ਼ ਦੇ ਉੱਪਰ ਹੋ ਗਏ। ਹਮਾਰੀ ਡਿਲੀਵਰੀ ਹੋਈ ਹੈ ਜੋ ਹਮਾਰੇ ਸਾਥ ਹੋਇਆ ਔਰ ਕਿਸੀ ਕੇ ਸਾਥ ਨਾ ਹੋਈ। ਜੇ ਉਸ ਔਰਤ ਦੇ ਪੈਂਟੀ ਨਾ ਪਾਈ ਹੁੰਦੀ ਤਾਂ ਬੱਚੇ ਦਾ ਸਿਹਰਾ ਜਿਹੜਾ ਥੱਲੇ ਵੱਜਣਾ ਸੀਗਾ। ਮਤਲਬ ਇਹ ਕਹਿ ਕੇ ਉਹਨਾਂ ਨੂੰ ਕਿ ਤੁਹਾਡਾ ਕੇਸ ਨੂੰ ਹਜੇ ਟਾਈਮ ਲੱਗਦਾ, ਹਜੇ ਬਹੁਤ ਦੇਰ ਹੈਗੀ ਹੈ, ਤੁਸੀਂ ਬਾਹਰ ਚਲੇ ਜਾਓ, ਬਾਹਰ ਕੱਢ ਦਿੱਤਾ। ਪਰ ਜਸਟ ਜਦੋਂ ਐਕਸੀਡੈਂਟ ਲਈ ਬਾਹਰ ਆਏ ਤਾਂ ਉਹ ਕੇਸ ਜਿਹੜਾ ਹੋ ਗਿਆ। ਇਹ ਮਾਮਲਾ ਹੈ ਜੀ ਮੋਗਾ ਦੇ ਸਰਕਾਰੀ ਹਸਪਤਾਲ ਦਾ, ਜਿੱਥੇ ਸਟਾਫ ਤੇ ਇਸ ਹੱਦ ਤੱਕ ਲਾਪਰਵਾਹੀ ਤੇ ਅਣਗਹਿਲੀ ਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਨੇ ਕਿ ਤੁਸੀਂ ਸੋਚ ਕੇ ਦੇਖੋ, ਦੋ ਮਹਿਲਾਵਾਂ ਜਿਨ੍ਹਾਂ ਦੇ ਬੱਚਾ ਹੋਣ ਵਾਲਾ ਸੀ, ਉਹਨਾਂ ਵਿਚਾਰੀਆਂ ਨੂੰ ਰਾਤ ਨੂੰ ਇੱਥੇ ਹਸਪਤਾਲ ਦੇ ਫਰਸ਼ ਤੇ ਬੱਚਿਆਂ ਨੂੰ ਜਨਮ ਦੇਣਾ ਪਿਆ। ਜੀ ਹਾਂ, ਹਸਪਤਾਲ 'ਚ ਦਰਦ ਨਾਲ ਚੀਕਦੀਆਂ ਉਹਨਾਂ ਵਿਚਾਰੀਆਂ ਔਰਤਾਂ ਨੂੰ ਬੈੱਡ ਤੱਕ ਨਹੀਂ ਨਸੀਬ ਹੋਏ, ਇਲਜ਼ਾਮ ਤਾਂ ਇਹੀ ਨੇ। ਤੇ ਜਿਸ ਹਾਲ 'ਚ ਇਹਨਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਉਹ ਵੀ ਬੜਾ ਹੈਰਾਨੀਜਨਕ ਸੀ। ਦੂਜੇ ਪਾਸੇ ਇਲਜ਼ਾਮ ਇੱਥੇ ਤੱਕ ਨੇ ਕਿ ਅੰਦਰ ਹਸਪਤਾਲ ਦੇ ਜਿਹੜਾ ਸਟਾਫ ਸੀ, ਨਰਸਾਂ ਸਨ, ਉਹਨਾਂ ਨੇ ਪਰਿਵਾਰਾਂ ਦੀ ਚੀਕਾਂ ਮਾਰਦੀਆਂ ਮਹਿਲਾਵਾਂ ਦੀ ਇੱਕ ਨਾ ਸੁਣੀ ਤੇ ਅੰਦਰ ਹੀਟਰ 'ਚ ਬੈਠੀਆਂ ਆਪਣੀਆਂ ਨੀਂਦਾਂ ਪੂਰੀਆਂ ਕਰ ਰਹੀਆਂ ਸਨ। ਤੁਸੀਂ ਖੁਦ ਸੁਣੋ ਇਹ ਪਰਿਵਾਰਾਂ ਦੇ ਦੋਸ਼ ਫੇਰ ਅੱਗੇ ਵੱਧਦੇ ਆ। ਇੱਥੇ ਜੀ ਰਾਤ ਦੇ ਦੋ ਕੇਸ ਸੀਗੇ, ਦੋ ਲੇਡੀਜ਼ ਸੀ ਜਿਨ੍ਹਾਂ ਨੂੰ ਲੇਬਰ ਪੇਨ ਬਹੁਤ ਜ਼ਿਆਦਾ ਹੋ ਰਹੀ ਸੀ, ਪਰ ਵਾਰ ਵਾਰ ਵਾਰਡ ਦੀਆਂ ਲੇਡੀਜ਼ ਵੱਲੋਂ ਕਹਿਣ 'ਤੇ ਵੀ ਜਿਹੜਾ ਸਟਾਫ ਸੀਗਾ ਸਿਵਲ ਦਾ, ਲੇਬਰ ਰੂਮ ਦਾ ਸਟਾਫ ਸੀ, ਉਹਨਾਂ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਅਤੇ ਦੋ ਕੇਸ ਜਿਹੜੇ ਸੀ ਬੱਚਿਆਂ ਦੇ ਉਹ ਬਾਹਰ ਹੀ ਜਿਹੜੇ ਫਰਸ਼ ਦੇ ਉੱਪਰ ਹੋ ਗਏ, ਜਿਨ੍ਹਾਂ ਨੂੰ ਆਮ ਲੇਡੀਜ਼ ਨੇ ਚੱਕ ਕੇ, ਮਤਲਬ ਜੇ ਉਸ ਔਰਤ ਦੇ ਪੈਂਟੀ ਨਾ ਪਾਈ ਹੁੰਦੀ ਤਾਂ ਬੱਚੇ ਦਾ ਸਿਹਰਾ ਜਿਹੜਾ ਥੱਲੇ ਵੱਜਣਾ ਸੀਗਾ। ਮਤਲਬ ਇਹ ਕਹਿ ਕੇ ਉਹਨਾਂ ਨੂੰ ਕਿ ਤੁਹਾਡਾ ਕੇਸ ਨੂੰ ਹਜੇ ਟਾਈਮ ਲੱਗਦਾ, ਹਜੇ ਬਹੁਤ ਦੇਰ ਹੈਗੀ ਹੈ, ਤੁਸੀਂ ਬਾਹਰ ਚਲੇ ਜਾਓ, ਬਾਹਰ ਕੱਢ ਦਿੱਤਾ। ਪਰ ਜਸਟ ਜਦੋਂ ਐਕਸੀਡੈਂਟ ਲਈ ਬਾਹਰ ਆਏ ਤਾਂ ਉਹ ਕੇਸ ਜਿਹੜਾ ਹੋ ਗਿਆ ਸੀਗਾ। ਇਸ ਲਈ ਬਹੁਤ ਮਤਲਬ ਮਾੜਾ ਹਾਲ ਹੈ ਜਿਹੜਾ ਸਿਵਲ ਹਸਪਤਾਲ ਦੇ ਜਿਹੜਾ ਲੇਬਰ ਰੂਮ ਦਾ ਸਟਾਫ, ਉਹਨਾਂ ਨੇ ਨਾਈਟ ਮੇਂ ਕੋਈ ਸਟਾਫ ਨਹੀਂ ਥਾ ਇਧਰ, ਸਟਾਫ ਸੀ ਪਰ ਉਹ ਅੰਦਰ ਹੀਟ ਲਾ ਕੇ ਕਮਰਿਆਂ ਦੇ ਵਿੱਚ ਬੈੱਡ ਲਾ ਕੇ ਜਿਹੜੇ ਸੁੱਤੇ ਪਏ ਹੋਏ ਸੀਗੇ। ਕਹਿੰਦੇ ਸੀਗੇ ਤੁਸੀਂ ਬਾਹਰ ਜਾਓ, ਕੇਸ ਸੁਬਾਹ ਹੋਏਗਾ। ਮਤਲਬ ਉਹ ਦਰਦ ਨਾਲ ਚੀਕ ਰਹੀਆਂ ਸੀਗੀਆਂ, ਸਾਰਾ ਵਾਰਡ ਜਿਹੜਾ ਲੇਡੀਜ਼ ਜਾਗ ਰਹੀਆਂ ਸੀ, ਪਰ ਸਟਾਫ ਜਿਹੜਾ ਅੰਦਰ ਉਹ ਸੁੱਤਾ ਪਿਆ ਸੀ। ਹਮਾਰੀ ਡਿਲੀਵਰੀ ਹੋਈ ਹੈ ਜੋ ਹਮਾਰੇ ਸਾਥ ਹੋਇਆ ਔਰ ਕਿਸੀ ਕੇ ਸਾਥ ਨਾ ਹੋਈ। ਐਸਾ ਕਿਆ ਬਾਤ ਹੋ ਗਿਆ ਜੀ, ਆਪ ਐਸਾ ਕਰੋ ਜੋ ਕੋਈ ਹਮਾਰੇ ਸਾਥ ਨਾ ਹੋ। ਸਰ ਹਾਂ, ਹਮਾਰੀ ਡਿਲੀਵਰੀ ਅੰਦਰ ਹੋਣੀ ਚਾਹੀਏ ਥੀ ਪਰ ਬਾਹਰ ਹੋ ਗਈ, ਇਸ ਲਈ ਹਮ ਬਤਾ ਦੇ ਕਿ ਕਿਸੇ ਔਰ ਬਾਈ ਬੈਂਡ ਕੇ ਸਾਥ ਨਾ ਹੋਇਆ। ਹਸਪੀਟਲ ਮੇਂ ਨਾਈਟ ਮੇਂ ਕੋਈ ਸਟਾਫ ਨਹੀਂ ਥਾ? ਸਰ ਹੈ ਸੀ ਪਰ ਬਾਤ ਨਹੀਂ ਸੁਣੀ। ਕਿਆ ਕਰਨੇ ਉਨ ਲੋਗਾ ਕਿਆ ਕਰਨਾ ਹੈ? ਸਰ ਜੋ ਹੁਆ ਮੈਂ ਹਮਾਰੇ ਸਾਥ ਕਿਸੇ ਔਰ ਕੇ ਸਾਥ ਨਾ ਹੋਈ ਬਸ ਇਤਨਾ। ਉੱਥੇ ਦੂਜੇ ਪਾਸੇ ਇਹ ਵੀ ਸਾਹਮਣੇ ਆਇਆ ਹੈ ਕਿ ਇਲਜ਼ਾਮਾਂ ਮੁਤਾਬਕ ਹਸਪਤਾਲ 'ਚ ਨਰਸਾਂ, ਸਟਾਫ ਜਿਨ੍ਹਾਂ ਦੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਤੋਂ ਰਿਸ਼ਵਤ ਵੀ ਮੰਗਦੀ ਹੈ, 300 ਤੋਂ ਲੈ ਕੇ 500 ਤੱਕ, ਤਾਂ ਕਿਤੇ ਜਾ ਕੇ ਬੱਚਾ ਉਹਨਾਂ ਦੇ ਹਵਾਲੇ ਕੀਤਾ ਜਾਂਦਾ, ਫਿਰ ਚਾਹੇ ਉਹ ਮੁੰਡਾ ਹੋਵੇ ਤੇ ਚਾਹੇ ਕੁੜੀ। ਪੇਸ਼ੈਂਟ ਦਾ ਕਿਆ ਕਿਆ ਦਿੱਕਤ ਹੈ ਸਰਕਾਰੀ ਹਸਪਤਾਲ? ਪੇਸ਼ੈਂਟ ਤਾਂ ਜੀ ਉੱਪਰ ਇੱਕ ਆਂਟੀ ਵੀ ਗੱਲ ਕਰ ਰਹੀ ਸੀ ਜਦੋਂ ਆ ਪ੍ਰੈਸ ਵਾਲਿਆਂ ਨੂੰ ਅਸੀਂ ਸੱਦਿਆ, ਉਹ ਕਹਿੰਦੇ ਵੀ ਮਤਲਬ ਕਿ ਜਦੋਂ ਸਾਡੇ ਗੁੜੀਆ ਹੋਈ ਤੇ ਮੈਡਮ ਕਹਿ ਰਹੀ ਹੈ ਪਹਿਲਾਂ 300 ਰੁਪਈਆ ਦਿਓ ਫਿਰ ਤੁਹਾਨੂੰ ਗੁੜੀਆ ਦੇਵਾਂਗੇ। ਆਂਟੀ ਜੀ ਨੇ 200 ਰੁਪਈਆ ਦਿੱਤਾ, ਕਹਿੰਦੀ ਉਹਨਾਂ ਨੇ 200 ਰੁਪਈਆ ਵਾਪਸ ਕਰਤਾ, ਕਹਿੰਦੀ 300 ਹੀ ਲੈਣਾ ਫਿਰ ਗੁੜੀਆ ਦੇਵਾਂਗੇ, ਨਹੀਂ ਗੁੜੀਆ ਨਹੀਂ ਦੇਵਾਂਗੇ। ਅਤੇ ਇਵੇਂ ਹੀ ਦੂਜੀ ਆਂਟੀ ਦੱਸ ਰਹੇ ਸੀ ਉਹਨਾਂ ਦੇ ਪੋਤਾ ਹੋਇਆ ਸੀ, ਉਹਨਾਂ ਨੂੰ ਕਹਿੰਦੇ 500 ਰੁਪਈਆ ਦੇਵਾਂਗੇ। 500 ਰੁਪਈਆ ਲੈ ਕੇ ਉਹਨਾਂ ਨੂੰ ਪੋਤਾ ਦਿੱਤਾ ਉਹਨਾਂ ਦਾ, ਨਹੀਂ ਉਹ ਕਹਿੰਦੇ ਅਦਰਵਾਈਜ਼ ਅਸੀਂ 500 ਤੋਂ ਘੱਟ ਦੇਣਾ ਨਹੀਂ। ਕੌਣ ਪੈਸਾ ਮੰਗਦਾ? ਮੈਡਮ ਆ ਪੈਸੇ ਮੰਗਣੀ ਹੈ ਸਟਾਫ, ਸਟਾਫ ਜਦੋਂ ਸਰਕਾਰ ਤੋਂ ਤਨਖਾਹ ਲੈਂਦਾ ਤਾਂ ਇਹ ਗਰੀਬਾਂ ਤੋਂ ਪੈਸੇ ਮੰਗਣ ਦਾ ਕੌਣ ਹੱਕਦਾਰ ਹੈ? ਇਹ ਚੀਜ਼ਾਂ ਬੰਦ ਕੀਤੀਆਂ ਜਾਣ। ਜਿਹੜਾ ਬੰਦਾ ਰਿਸ਼ਵਤ ਲੈਂਦਾ, ਜਦੋਂ ਆਪਣੀ ਸਰਕਾਰ ਕਹਿ ਰਹੀ ਹੈ ਵੀ ਰਿਸ਼ਵਤਖੋਰੀ ਪਾਪ ਆ,
ਤੇ ਇਹ ਕਿਉਂ ਇਹ ਪਾਪ ਕਰ ਰਹੀਆਂ ਜਦੋਂ ਹਾਲਾਂਕਿ 70,000 ਤਨਖਾਹ ਨਰਸਾਂ ਲੈਂਦੀਆਂ ਤੇ ਇਹਨਾਂ ਨੂੰ ਪੈਸੇ ਮੰਗਣ ਦੀ ਕੀ ਲੋੜ ਹੈ ਤੇ ਆਮ ਬੰਦੇ ਦਾ ਕੀ ਬਣਦਾ ਹੋਊਗਾ ਜੀ। ਉਹਦੇ ਦੂਜੇ ਪਾਸੇ ਸਟਾਫ ਨਰਸ ਨੇ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਪੀੜਤ ਮਹਿਲਾ ਦੇ ਰਿਸ਼ਤੇਦਾਰਾਂ ਤੇ ਬਦਸਲੂਕੀ ਦੇ ਦੋਸ਼ ਲਗਾਏ, ਪਰ ਇਹ ਜ਼ਰੂਰ ਮੰਨਿਆ ਕਿ ਹਸਪਤਾਲ 'ਚ ਉਸ ਵੇਲੇ ਕੋਈ ਡਾਕਟਰ ਮੌਜੂਦ ਨਹੀਂ ਸੀ। ਉਹ ਚੈੱਕ ਕਰਵਾਉਣ ਦੇ ਲਈ ਆਇਆ, ਇਸ ਜਗ੍ਹਾ 'ਤੇ ਪੇਸ਼ੈਂਟ ਲੇਬਰ ਰੂਮ ਦੇ ਬਾਹਰ ਪੇਨ ਆਉਣ ਕਰਕੇ ਉੱਥੇ ਹੀ ਲੇਟ ਗਿਆ ਅਤੇ ਪੇਸ਼ੈਂਟ ਨੂੰ ਮੈਂ ਜਦੋਂ ਆ ਕੇ ਦੇਖਿਆ, ਮੈਂ ਉਹਨਾਂ ਨੂੰ ਕਿਹਾ ਮੇਰੇ ਨਾਲ ਦੇ ਸਟਾਫ ਨੂੰ ਵੀ ਇਹਨੂੰ ਅੰਦਰ ਪਾਇਆ ਜਾਵੇ ਵੀਲ ਚੇਅਰ 'ਤੇ ਪਾ ਕੇ, ਅਤੇ ਉਹਨਾਂ ਨੇ ਵੀਲ ਚੇਅਰ ਲਿਆਉਣ ਲਈ ਲੈ ਕੇ ਆਏ ਅਤੇ ਜਿਹੜਾ ਇੱਕ ਪੇਸ਼ੈਂਟ ਮੇਰੇ ਕੋਲ ਕਰਮਜੀਤ ਕੌਰ ਆ, ਉਹਨਾਂ ਦੇ ਰਿਲੇਟਿਵ ਨੇ ਆ ਕੇ ਉਹਦੀਆਂ ਫੋਟੋਆਂ ਵਗੈਰਾ ਖਿੱਚੀਆਂ। ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਹ ਫੋਟੋ ਨਹੀਂ ਖਿੱਚਣੀ ਗੀ, ਵੀ ਪੇਸ਼ੈਂਟ ਦੀ ਜੋ ਪ੍ਰਾਈਵੇਸੀ ਆ ਉਹਨੂੰ ਮੈਂਟੇਨ ਰੱਖਣਾ ਹੈਗਾ। ਉਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਸਾਰਿਆਂ ਨੇ, ਵੀ ਅਸੀਂ ਤਾਂ ਫੋਟੋ ਖਿੱਚਾਂਗੇ, ਤੁਸੀਂ ਜੋ ਕਰਨਾ ਕਰ ਲਓ। ਡਿਲੀਵਰੀ ਉਹਦੀ ਬਾਹਰ ਹੋਈ ਹੈ ਲੇਬਰ ਰੂਮ ਬਾਹਰ? ਨਹੀਂ, ਇੱਕ ਪੇਸ਼ੈਂਟ ਦੀ ਹੋਈ। ਤੁਹਾਡੇ ਨਾਲ ਸਟਾਫ ਦੇ ਮੈਂਬਰ ਕਿੰਨੇ ਸੀ? ਅਸੀਂ 3 ਜਣ ਸੀਗੇ। ਨਹੀਂ, ਕੱਲੀ ਓਨਲੀ ਇੱਕ ਸਟਾਫ ਨਰਸ ਆ, ਸਟਾਫ ਤੋਂ ਹੈਲਪਰ ਆ ਤੇਰੇ? 2 ਜਣੇ ਹੈਲਪਰ ਆ, ਸਟਾਫ ਮੈਂਬਰ ਮੈਂ ਕੱਲੀ ਹੋਈ ਸੀਗੀ, ਇੱਕ ਸਵੀਪਰ ਸੀ, ਇੱਕ ਗਲਾਸ ਬੋਰ ਸੀ। ਡਾਕਟਰ ਕਿਹੜੀ ਡਿਊਟੀ ਦੇ ਆ? ਡਾਕਟਰ ਮਨੀਸ਼ਾ ਗੁਪਤਾ ਜੀ। ਉਹ ਵੀ ਇੱਥੇ ਮੌਕੇ ਤੇ ਆਉਂਦੇ ਸੀਗੇ? ਉਹਨਾਂ ਨੂੰ ਮੈਂ ਕਾਲ ਕੀਤੀ ਸੀਗੀ, ਉਹ ਆ ਰਹੇ ਸੀ। ਉੱਥੇ ਇਸ ਪੂਰੇ ਮਾਮਲੇ ਤੇ ਜਦੋਂ ਹਸਪਤਾਲ ਦੇ SMO ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹ ਤੁਹਾਨੂੰ ਸੁਣਾਉਂਦੇ ਆ ਉਹਨਾਂ ਦਾ ਕੀ ਕਹਿਣਾ ਸੀ। ਜਿਹੜੀ ਚੱਲ ਰਹੀ ਸੀ, ਜਿਸ ਤਰ੍ਹਾਂ ਡਾਕਟਰਾਂ ਨੇ ਇੰਸਟਰਕਟ ਕੀਤਾ ਸੀ, ਉਸ ਤਰ੍ਹਾਂ ਸਾਡੀ ਸਟਾਫ ਔਨ ਡਿਊਟੀ ਜਿਹੜੀਆਂ ਵੀ ਸੀਗੀਆਂ ਉਹਨਾਂ ਨੇ ਪ੍ਰੋਪਰਲੀ ਉਹਨੂੰ ਅਟੈਂਡ ਕੀਤਾ। ਸਵੇਰੇ ਉਹਨੂੰ ਕੋਈ 4 ਵਜੇ ਦੇ ਆਸ ਪਾਸ ਉੱਠ ਕੇ ਉਹ ਯੂਰਨ ਜਾਣ ਲੱਗੀ, ਜਿਹਨਾਂ ਨੂੰ ਪ੍ਰੈਸ਼ਰ ਪਿਆ ਇੱਕਦਮ ਔਰ ਬੈੱਡ ਦੇ ਉੱਤੋਂ, ਅਤੇ ਬੈੱਡ ਦੇ ਉੱਤੋਂ ਹੀ ਉਹਨੂੰ ਥੋੜ੍ਹਾ ਜਿਹਾ ਪ੍ਰੈਸ਼ਰ ਜਿਹੜਾ ਜ਼ਿਆਦਾ ਪੈਣ ਕਰਕੇ ਉਹਨੂੰ ਇੱਕਦਮ ਡਿਲੀਵਰੀ ਹੋਈ, ਅਤੇ ਉਸੇ ਵੇਲੇ ਸਟਾਫ ਜਿਹੜੀ ਸਾਡੀ ਉਹਨੂੰ ਲੇਬਰ ਰੂਮ 'ਚ ਲੈ ਗਈ ਅਤੇ ਲੇਬਰ ਰੂਮ 'ਚੋਂ ਦੀ ਡਿਲੀਵਰੀ ਹੋ ਗਈ। ਕੁਛ ਹਾਂ ਉਹਨਾਂ ਨੇ ਬਕਾਇਦਾ ਤੌਰ 'ਤੇ ਇਹ ਗੱਲ ਜਿਹੜੀ ਆ ਸਾਨੂੰ ਜਿਹੜੇ ਪੇਸ਼ੈਂਟ ਦੀ ਗੱਲ ਕਰ ਰਹੇ ਉਹਨਾਂ ਨੇ ਲਿਖ ਕੇ ਵੀ ਦਿੱਤਾ ਵੀ ਸਾਡੇ ਜਿਹੜਾ ਜੱਚਾ ਅਤੇ ਬੱਚਾ ਦੋਨੇ ਠੀਕ ਨੇ। ਉਹਨੇ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਿ ਲੇਬਰ ਰੂਮ 'ਚੋਂ ਉਹਨੂੰ ਕੱਢ ਦਿੱਤਾ ਗਿਆ ਸੀਗਾ ਕਿ ਸੁਬਾਹ ਦੇਖਾਂਗੇ ਔਰ ਬਾਹਰ ਆ ਕੇ ਸਟਾਫ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ? ਨਹੀਂ ਜੀ, ਇਸ ਤਰ੍ਹਾਂ ਨਹੀਂ ਹੈ, ਬਿਲਕੁਲ ਬੇਬੁਨਿਆਦ ਹੈ, ਕਿਸੇ ਨੂੰ ਲੇਬਰ ਰੂਮ 'ਚੋਂ ਇਸ ਤਰ੍ਹਾਂ ਨਹੀਂ ਕੱਢਿਆ ਜਾਂਦਾ। ਜਦੋਂ ਪੇਸ਼ੈਂਟ ਸਾਡੇ ਲੇਬਰ ਰੂਮ 'ਚ 3 ਬੈੱਡ ਲੱਗੇ ਹੋਏ ਆ ਔਰ 3 ਬੈੱਡ ਜਿਹੜੇ ਆ 24 ਘੰਟੇ ਸਾਡੇ ਚੱਲਦੇ ਰਹਿੰਦੇ ਆ, ਪੇਸ਼ੈਂਟ ਨੂੰ ਜਦੋਂ ਲੇਬਰ ਪੇਨਸ ਆਉਂਦੀਆਂ ਤਾਂ ਹੀ ਲੇਬਰ ਰੂਮ ਦੇ ਅੰਦਰ ਲਗਾਇਆ ਜਾਂਦਾ, ਨਹੀਂ ਤਾਂ ਬਾਹਰ ਜਿਹੜੇ ਲੱਗੇ ਹੋਏ ਬੈੱਡ 6 ਆ ਉਹਨਾਂ 'ਤੇ ਰੱਖਿਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਫੁੱਲ ਲੇਬਰ ਪੇਨਸ 'ਚ ਪੇਸ਼ੈਂਟ ਆਉਂਦਾ ਤਾਂ ਉਹਨੂੰ ਲੇਬਰ ਰੂਮ 'ਚ ਲਗਾਇਆ ਜਾਂਦਾ। ਲੇਕਿਨ ਡਾਕਟਰ ਸਾਹਿਬ, ਉੱਥੇ ਜਿਹੜੇ ਮੌਜੂਦ ਲੋਕ ਸੀ ਉਹਨਾਂ ਦਾ ਵੀ ਦੱਸਣਾ ਹੈ ਕਿ ਅਗਰ ਗਾਰਮੈਂਟ ਨਾ ਪਾਏ ਹੁੰਦੇ ਤਾਂ ਉਹਨਾਂ ਦਾ ਬੱਚੇ ਦਾ ਸਿਰ ਜਿਹੜਾ ਫਰਸ਼ 'ਤੇ ਲੱਗ ਜਾਣਾ ਸੀਗਾ? ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜਿਹੜੇ ਪੇਸ਼ੈਂਟ ਨੇ ਹੰਗਾਮਾ ਕੀਤਾ ਉਹ ਕੋਈ ਪੇਸ਼ੈਂਟ ਦਾ ਇਹ ਅਟੈਂਡੈਂਟ ਵੀ ਨਹੀਂ ਸੀ ਨਾ ਕੋਈ ਹੋਰ ਸੀ, ਉਹ ਕਿਸੇ ਹੋਰ ਪੇਸ਼ੈਂਟ ਨਾਲ ਸੀ, ਉਹਨਾਂ ਨੇ ਜਾਣ ਬੁੱਝ ਕੇ ਇਹ ਚੀਜ਼ ਦਾ ਹੰਗਾਮਾ ਕੀਤਾ। ਹੁਣ ਇੱਥੇ 2 ਮਹਿਲਾਵਾਂ ਵੱਲੋਂ ਇੱਕੋ ਰਾਤ 'ਚ ਹਸਪਤਾਲ ਦੇ ਬੈੱਡਾਂ ਦੀ ਥਾਂ ਫਰਸ਼ 'ਤੇ ਇੰਝ ਡਿਲੀਵਰੀ ਕੀਤੇ ਜਾਣ ਦੇ ਦੋਸ਼ ਵਾਕਈ ਬਹੁਤ ਗੰਭੀਰ ਨੇ। ਦੂਜੇ ਪਾਸੇ ਹਸਪਤਾਲ ਸਟਾਫ ਅਤੇ SMO ਦੀ ਸਫਾਈ ਵੀ ਤੁਸੀਂ ਸੁਣ ਲਈ, ਪਰ ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਕਿ ਆਖਿਰ ਇੱਥੇ ਹੰਗਾਮਾ ਕਿਉਂ ਹੋਇਆ ਸੀ। ਮੋਗਾ ਤੋਂ ਜੋਗਿੰਦਰ ਸਿੰਘ ਅਤੇ ਜਸ ਵਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ₹4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156805085 'ਤੇ। ਥੈਂਕ ਯੂ।